ਦਾ ਇਹ ਬਿਆਨ ਹੈ, ਉਹਨਾਂ ਨੂੰ ਤਾਂ ਖਰੇ ਇਸ ਕੰਮ ਬਾਰੇ ਬੋਲਣਾ ਨਹੀਂ ਚਾਹੀਦਾ। ਉਹਨਾਂ 'ਤੇ ਫਿਰ 6-7 ਵਾਰੀ ਕਿਹਨੇ ਪ੍ਰੈਸ਼ਰ ਪਾਇਆ ਸੀ? ਹੁਣ ਤਾਂ ਉਹ ਦੂਹਰ ਵੀ ਕਰਨ ਲੱਗ ਗਏ ਵੀ ਕਾਂਗਰਸ 'ਚ ਮੈਂ ਦੂਜੀ ਵਾਰ ਆਇਆ, ਸਾਡੀ ਪਾਰਟੀ 'ਚੋਂ ਤੋੜ ਕੇ ਲੈ ਗਏ ਬੰਦੇ, ਪਾਰਟੀ 'ਚ ਫੁੱਟ ਪਾ ਕੇ, ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ, ਏਕਤਾ ਤੋੜ ਕੇ ਗਏ ਸੀਗੇ, ਠੀਕ ਹੈ ਨਾ। ਸੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਤੱਕ ਨਹੀਂ, ਕੋਈ ਕਿਸੇ ਕਿਸਮ ਦਾ ਸਾਡੀ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜੇਪੀ ਇੱਦਾਂ ਕਰ ਸਕਦੀ ਹੈ ਕਿ ED ਭੇਜ ਦਿਓ ਪਹਿਲਾਂ, ਫਿਰ ਜਾਂ ਤਾਂ ਇਲੈਕਟ੍ਰਿਕ ਬੌਂਡ ਦੇ ਦੇ ਜਾਂ ਪਾਰਟੀ ਸ਼ਾਮਿਲ ਹੋ ਜਾ, ਇਹ ਬੀਜੇਪੀ ਦਾ ਕਲਚਰ ਹੋ ਸਕਦਾ। ਇੱਥੋਂ ਇਹ ਸਿੱਧ ਹੁੰਦਾ ਕਿ ਸ਼ਾਇਦ ਖਹਿਰਾ ਸਾਹਿਬ ਅਗਲੀ, ਕਿਉਂਕਿ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਹੈ, ਇਹਦਾ ਮਤਲਬ ਅਗਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ। ਸੋ ਇਹ ਸਭ ਅਫਵਾਹਾਂ ਨੇ, ਕੋਈ ਕਿਸੇ ਕਿਸਮ ਦਾ ਨਾ ਤਾਂ ਗੋਲਡੀ 'ਤੇ ਕੋਈ ਇਲਜ਼ਾਮ ਹੈ ਨਾ ਹੀ ਕੋਈ, ਜੇ ਇਲਜ਼ਾਮ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਵਾਲਿਆਂ ਦੇ ਵੀ ਚੈੱਕ ਕਰ ਲਏ, ਸਾਡੇ ਤਿੰਨ ਬੰਦਿਆਂ 'ਤੇ ਇਲਜ਼ਾਮ ਲੱਗੇ ਅਤੇ ਅਸੀਂ ਉਹਨਾਂ 'ਤੇ ਐਕਸ਼ਨ ਲੈ ਲਿਆ। ਸੋ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਅਤੇ ਨਾ ਹੀ ਲਾਲਚ ਜਾਂ ਕੋਈ ਡਰਾਵਾ।